जीरा फैक्ट्री दे वकील पुनीत बाली ने कहा कि फैक्ट्री बंद करने संबंधी उना कोल कोई नोटिस नहीं पहुंचा। ਕਿ ਜਿਹੜੀ ਕੰਪਨੀ ਵੀ ਹੈਗੀ ਉਹਨਾਂ ਨੂੰ ਵੀ ਕੋਈ ਹਜੇ ਤੱਕ ਆਰਡਰ ਤਾਂ ਆਇਆ ਨਹੀਂ ਹੈ ਕੋਈ ਵੀ ਜੋ ਮੇਰੇ ਨਾਲ ਗੱਲ ਹੋਈ ਹੈ ਉਹਨਾਂ ਨੂੰ ਵੀ ਇੱਕ ਟਵਿੱਟਰ ਦੇ ਰਾਹੀਂ ਜਾਂ ਇੱਕ ਸੀਐਮ ਸਾਹਿਬ ਦੀ ਕੁਝ ਇੰਟਰਵਿਊ ਜਾਂ ਕੋਈ ਸਟੇਟਮੈਂਟ ਦੇ ਰਾਹੀਂ ਪਤਾ ਲੱਗਿਆ ਕਿ ਦੇਰ ਇਜ਼ ਸਮ ਕਲੋਜ਼ਰ ਆਰਡਰ ਵਿਚ ਹੈਜ਼ ਬੀਨ ਪਾਸਡ ਸੋ ਦੇਖੋ ਜਦ ਤੱਕ ਆਰਡਰ ਤੁਹਾਡੇ ਕੋਲ ਫਿਜ਼ੀਕਲੀ ਨਾ ਆਏ ਜਦ ਤੱਕ ਸਾਰਾ ਮਸਲਾ ਡਿਸਕਸ ਨਾ ਹੋ ਸਕੇ ਉਹਦਾ ਬੇਸਿਸ ਕੀ ਹੈਗਾ ਕਿਉਂਕਿ ਉਹਨਾਂ ਦਾ ਇਹ ਕਹਿਣਾ ਉਹਨਾਂ ਨੂੰ ਨੋਟਿਸ ਕੋਈ ਨਹੀਂ ਆਇਆ ਅਜੇ ਤੱਕ So we will see whatever legal options we can see and evoke. Unless and until ਤੁਸੀਂ ਜਦ ਤੱਕ ਉਹ ਆਰਡਰ ਕੀ ਹੈਗਾ ਕਲੋਜ਼ਰ ਦਾ ਕੋਈ ਆਰਡਰ ਹੋਇਆ ਵੀ ਹੈ ਕਿ ਨਹੀਂ ਹੋਇਆ ਹਜੇ ਸਿਰਫ ਮੀਡੀਆ ਨਿਊਜ਼ ਹੈ ਜਾਂ ਸੀਐਮ ਸਾਹਿਬ ਦੀ ਸਟੇਟਮੈਂਟ ਹੈ ਉਹਦੇ ਅੱਗੇ ਫਾਲੋਅਪ ਕੀ ਹੈ ਸੋ ਵੀ ਵਿਲ ਹੈਵ ਟੂ ਲੁੱਕ ਐਟ ਦੀ ਲੀਗਲ ਆਪਸ਼ਨਸ ਆਫਟਰ ਲੁਕਿੰਗ ਐਟ ਵਾਟ ਐਕਚੁਲੀ ਹੈਜ਼ ਹੈਪਨਡ ਐਨਜੀਟੀ ਦੀ ਰਿਪੋਰਟ ਸੀਗੀ ਜਦ ਫੈਕਟਰੀ ਬੰਦ ਸੀਗੀ ਐਨਜੀਟੀ ਦੀ ਰਿਪੋਰਟ ਵਾਜ਼ ਫੇਵਰੇਬਲ ਟੂ ਦੀ ਇੰਡਸਟਰੀ I am told after the court orders on the last occasion, there were some committees unanimously made by the Chief Minister. Hono committees da ki role hai ga lodge, unna ne koi sample kitho lehe ne, whether it's a committee just to please the people. I can't understand one thing, a factory which was closed for 3 months, oh start bhi nahi hoi, te bina start kitte unne pollute karta. Oh samples kis tarah draw kitte ne, unna kol लीगल अथॉरिटी टू ड्रॉ सैंपल्स है भी कि नहीं है सो दीज आर ऑल क्वेश्चन विच आर इन द डार्क कोई कमेटी की गल की गई है वो कमेटी नाल एसोसिएशन हुई है ना दी कि नहीं हुई सो वी विल सी वेदर इट इज ओनली ए काइंड ऑफ अ कैमोफ्लाज टू डू अवे विद द कोर्ट ऑर्डर्स वो सारा देखना पड़ेगा जब तक देखो सामने कोई कागज ना हो कोई रिपोर्ट ना हो जीरा फैक्ट्री बंद करने दे सरकार दे फैसले ते विरोधी धिरां ने कहा कि सरकार ने लगातार बन रहे दबाव करके ए फैसला कीता है देर आए दुरुस्त आए पंजाब दे मुख्यमंत्री अगर अपने इस बयान दे उते कायम रहिंदे ने तां उन्हां दा स्वागत है क्योंकि मुख्यमंत्री नूं यू टर्न मारन दी इक बहुत वड्डी आदत है पहला भी देखा कि मुख्यमंत्री लाइव होके बयान तां दे दिंदे ने उह बयानां वांगू मुख्यमंत्री पंजाब दे लोकां दे नाल 420 ना करन क्योंकि इह मसले दे विच अगर मुख्यमंत्री ने फैसला लेना सी तां 20 करोड़ उत्थे क्यों भरिया गया किते जलंधर बाई इलेक्शन दे मद्देनजर सिर्फ एक बयान बन के ना रह जे पर की मुख्यमंत्री अपने बयान ते स्टैंड कर पाउणगे की कलू ਇਹ ਕਹਿ ਕੇ ਜੀ ਮੈਟਰ ਸਬ ਜੁਡਿਸ ਹੈ ਹੁਣ ਹਾਈ ਕੋਰਟ ਦਾ ਫੈਸਲਾ ਆ ਗਿਆ ਤਾਂ ਕਰਕੇ ਅਸੀਂ ਨਹੀਂ ਕਰ ਸਕਦੇ ਫਿਰ ਮੁੱਖ ਮੰਤਰੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਕਿਉਂਕਿ ਹੁਣ ਇੰਨੇ ਝੂਠ ਨਹੀਂ ਚੱਲਣੇ ਇਹ ਜੇ ਫੈਕਟਰੀ ਦੇ ਉੱਤੇ ਮੁੱਖ ਮੰਤਰੀ ਨੇ ਝੂਠ ਬੋਲਿਆ ਤਾਂ ਫਿਰ ਲੋਕਾਂ ਨੇ ਜਰਨਾ ਨਹੀਂ ਬਹੁਤ ਲੰਬੇ ਸਮੇਂ ਤੋਂ ਉੱਥੋਂ ਦੇ ਜਿਹੜੇ ਕਿਸਾਨ ਨੇ ਅੰਦੋਲਨ ਕਰ ਰਹੇ ਸੀ ਔਰ ਉਹਨਾਂ ਦਾ ਇਹ ਗੱਲ ਸੀ ਕਿ ਪਰਿਆਵਰਨ ਨੂੰ ਇਨਵਾਇਰਮੈਂਟ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਮੈਨੂੰ ਬੜੇ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਜਿਹੜੀ ਪਾਰਟੀ ਅੰਦੋਲਨ ਚੋਂ ਖੜੀ ਹੋਈ ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਉਸ ਅੰਦੋਲਨ ਨੂੰ ਦਬਾਇਆ ਜਾਏ ਕੋਈ ਕਸਰ ਭਗਵੰਤ ਮਾਨ ਦੀ ਸਰਕਾਰ ਨੇ ਛੱਡੀ ਨਹੀਂ ਕਿਸਾਨਾਂ ਨੂੰ ਲਾਠੀਆਂ ਮਾਰਨ ਤੋਂ ਲੈ ਕੇ ਜੇਲ੍ਹਾਂ 'ਚ ਬੰਦ ਕਰਨ ਤੋਂ ਲੈ ਕੇ ਝੂਠੇ ਪਰਚੇ ਦਰਜ ਕਰਨ ਤੋਂ ਲੈ ਕੇ ਸਾਰੇ ਹੱਥਕੰਡੇ ਉਹਨਾਂ ਨੇ ਅਪਣਾਏ ਹੁਣ ਜਦੋਂ ਸਾਰੇ ਹੱਥਕੰਡੇ ਫੇਲ ਹੋ ਗਏ ਆ ਤੇ ਹੁਣ ਮੈਂ ਤੁਹਾਡੇ ਤੋਂ ਸੁਣ ਰਿਹਾ ਉਹਨਾਂ ਨੇ ਜੇ ਐਲਾਨ ਕੀਤਾ ਸੀ ਸਵਾਗਤ ਕਰਦੇ ਆ ਪਰ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਡਬਲ ਪਾਲਿਸੀ ਸਰਕਾਰ ਆ ਪਹਿਲਾਂ ਇੰਨੀ ਦੇਰ ਲੋਕਾਂ ਨੂੰ ਤੰਗ ਕਰਦੀ ਆ ਫਿਰ ਐਂ ਕਰ ਦਿੰਦੀ ਹੈ ਜਦੋਂ ਪ੍ਰੈਸ਼ਰ ਪੈਂਦੀ ਆ ਸਟੇਬਲ ਨਹੀਂ ਆ ਬਟ ਚਲੋ ਫਿਰ ਵੀ ਚੰਗਾ ਫੈਸਲਾ ਵਾ ਸ਼ਲਾਘਾ ਕਰਨੀ ਚਾਹੀਦੀ ਆ ਦੇਰ ਆਏ ਦਰੁਸਤ ਆਏ